ਫਿਰੋਜ਼ਪੁਰ ਵਿੱਚ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੋਟਰਸਾਈਕਲ ਰੈਲੀ ਕੱਢੀ। ਉੱਥੇ ਹੀ ਫਿਰੋਜ਼ਪੁਰ ਦੇ ਵਿਧਾਇਕ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਦੇ ਚੌਂਕ ਰੋਡ ਸਥਿਤ ਰਿਹਾਇਸ਼ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ। ਉਹਨਾਂ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਕਲਾਸ 4 ਯੂਨੀਅਨ ਰਾਮ ਪ੍ਰਸ਼ਾਦ PSSF ਦਾ ਕਨਵੀਨਰ ਵੀ ਆ। ਅੱਜ ਅਸੀਂ ਇੱਥੋਂ ਤਿੰਨਾਂ ਇੱਕ ਪਰਮਿੰਦਰ ਸਿੰਘ ਪਿੰਕੀ MLA, ਰਾਣਾ ਸੋਢੀ ਮੰਤਰੀ ਸਾਹਿਬ, ਲਾਡੀ ਗੈਰੀ ਜਿਹੜੇ ਨੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ। ਸਾਂਝੇ ਮੰਚ ਤੋਂ ਸਾਨੂੰ ਉੱਤੋਂ ਕਾਲ ਹੈ। ਅਸੀਂ ਇੱਥੋਂ ਮੰਗ ਕਰਦੇ ਹਾਂ, ਪੰਜਾਬ ਸਰਕਾਰ ਜਦੋਂ ਦੀ ਬਣੀ ਹੈ ਬਿਲਕੁਲ ਲਾਰੇ ਲੱਪੇ ਲਾ ਰਹੀ ਹੈ, ਸਾਡੀ ਕੋਈ ਵੀ ਗੱਲ ਨਹੀਂ ਮੰਨੀ, ਜਿਵੇਂ ਕਿ DA ਦੀ ਕਿਸ਼ਤਾਂ, ਪੇ ਕਮਿਸ਼ਨ ਦਾ ਬਕਾਇਆ, ਕੱਚੇ ਮੁਲਾਜ਼ਮ ਪੱਕਾ ਕਰਨਾ, ਠੇਕਾਦਾਰੀ ਸਿਸਟਮ ਬੰਦ ਕਰਨਾ, ਹੋਰ ਬੜੀਆਂ ਭਗਦੀਆਂ ਮੰਗਾਂ ਨੇ। ਲਾਰੇ ਤੋਂ ਲਾਰਾ ਲਾ ਰਹੀ ਸਰਕਾਰ। ਅਸੀਂ ਮੰਗ ਕਰਦੇ ਹਾਂ ਜਲਦ ਤੋਂ ਜਲਦ, ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੇ ਕਮਿਸ਼ਨ ਵਧੀਆ ਰਿਪੋਰਟ ਜੇ ਨਾ ਆਈ ਤਾਂ ਮੁਲਾਜ਼ਮ ਸਾਰੇ ਜਿਵੇਂ ਦੇਖ ਹੀ ਰਹੇ ਤੁਸੀਂ ਸੜਕਾਂ 'ਤੇ ਨੇ, ਅਤੇ ਇੱਦੋਂ ਵੱਡੇ ਸੰਘਰਸ਼ ਜਿਹੜੇ ਆ ਉਹ ਲੀਕੇ ਜਾਣਗੇ। DC ਦਫ਼ਤਰ ਤੋਂ ਲੈ ਕੇ MLA ਪਿੰਕੀ, ਰਾਣਾ ਸੋਢੀ ਅਤੇ ਲਾਡੀ ਗੈਰੀ ਦੇ ਘਰ ਤੱਕ ਮਾਰਚ, ਆਲ ਡਿਪਾਰਟਮੈਂਟ ਜਿਹੀ ਸਾਰੀਆਂ ਕੈਟਾਗਰੀਆਂ, ਪੈਨਸ਼ਨਰ ਸਾਥੀ ਸਾਰੇ ਸਾਂਝੀ ਐਕਸ਼ਨ ਕਮੇਟੀ ਵੱਲੋਂ ਐਕਸ਼ਨ ਹੈਗਾ ਜੀ। DA ਦਾ ਬਕਾਇਆ ਦਿੱਤਾ ਜਾਏ, ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਅਤੇ ਜਿੰਨਾ ਚਿਰ ਪੇ ਕਮਿਸ਼ਨ ਲਾਗੂ ਨਹੀਂ ਹੁੰਦਾ, DA ਦਾ ਬਕਾਇਆ ਨਹੀਂ ਮਿਲਦਾ, ਸਾਡਾ ਸੰਘਰਸ਼ ਇਸ ਤੋਂ ਤਿੱਖਾ ਹੋਵੇਗਾ ਅਤੇ ਨਾ ਸਾਡੇ ਮੰਗਾਂ ਪੂਰੀ ਕੀਤੀਆਂ ਗਏ। ਟੋਟਲ ਸ਼ਹਿਰ ਦਾ ਰੌਣ ਲਾਵਾਂਗੇ, ਪੰਜਾਬ ਸਰਕਾਰ ਮੁਰਦਾਬਾਦ ਕਰਾਂਗੇ ਅਤੇ ਸਰਕਾਰ ਆਉਣ ਸਮੇਂ 'ਚ ਵਾਸਤੇ ਬਹੁਤ ਹੀ ਮੁਸ਼ਕਲਾਂ ਖੜੀ ਕਰਾਂਗੇ। ਇਹ ਸਾਡੀ ਅਗਲਾ ਸੰਘਰਸ਼ ਹੋਰ ਸਟੇਟ ਬੋਰਡ ਜੋ ਦੇਗੀ ਉਹਦੇ ਇਨ ਬਿਨ ਲਾਗੂ ਕੀਤਾ ਜਾਵੇਗਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਨੋਹਰ ਲਾਲ, ਜ਼ਿਲ੍ਹਾ ਪ੍ਰਧਾਨ PSMU। ਅੱਜ ਸਾਡੇ ਪੰਜਾਬ ਯੂਟੀ ਮੁਲਾਜ਼ਮ ਅਤੇ ਸਾਂਝਾ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਇਹ ਜਿਹੜਾ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਅਸੀਂ MLA ਦੇ ਮੰਤਰੀਆਂ ਨੂੰ ਜਿਹੜਾ ਰੋਸ ਵਜੋਂ ਮੰਗ ਪੱਤਰ ਦੇਣਾ ਹੈ, ਕਿਉਂਕਿ ਸਰਕਾਰ ਬਣੀ ਨੂੰ 4 ਸਾਲ ਹੋ ਗਏ ਨੇ, ਅਜੇ ਤੱਕ ਸਰਕਾਰ ਨੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਬਾਰੇ ਕੋਈ ਮੰਗ ਪੂਰੀ ਨਹੀਂ ਕੀਤੀ। DA ਦਾ ਬਕਾਇਆ ਹੈ, ਪੇ ਕਮਿਸ਼ਨ ਦੀ ਰਿਪੋਰਟ 4th-5th ਵਾਰ ਅੱਗੇ ਵਧਾ ਦਿੱਤੀ ਹੈ, ਹੁਣ 28 ਫਰਵਰੀ 'ਤੇ ਲੈ ਗਈ ਹੈ, ਜਦੋਂ ਕਿ ਖਜ਼ਾਨਾ ਵਿੱਚ ਸਾਡੇ ਵਾਸਤੇ ਖਾਲੀ ਹੈ, ਮੁਲਾਜ਼ਮਾਂ ਪੈਨਸ਼ਨਰ ਵਾਸਤੇ ਆਪਦੇ ਕੋਲ, ਇਹਨਾਂ ਕੋਲ ਸਭ ਕੁਛ ਹੈ। ਉਸੇ ਤਰ੍ਹਾਂ ਕਰ ਰਹੇ ਨੇ, 6-6, 7-7 ਪੈਨਸ਼ਨਾਂ ਲੈ ਰਹੇ ਨੇ ਇਹ। ਆਹ ਕੱਲ੍ਹ ਵੀ ਆਇਆ ਸੀਗਾ ਮਨਪ੍ਰੀਤ ਬਾਦਲ, ਜਿਹੜਾ 4 ਪੈਨਸ਼ਨਾਂ ਉਹ ਲੈ ਰਿਹਾ, ਜਦੋਂ ਕਿ ਸਾਡੇ ਮੁਲਾਜ਼ਮਾਂ ਦੇ ਪੈਨਸ਼ਨਾਂ ਵਾਸਤੇ ਇਹਨਾਂ ਕੋਲ ਖਜ਼ਾਨਾ ਖਾਲੀ ਆ। ਜੇਕਰ ਸਰਕਾਰ ਨੇ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ, ਉਹਨੇ ਪੱਕੇ ਕੀਤੇ ਗਏ, ਠੇਕੇਦਾਰੀ ਸਿਸਟਮ ਬੰਦ ਨਹੀਂ ਕੀਤਾ ਗਾ, ਜਿਹੜੀ ਆਪਣੇ ਪੈਨਸ਼ਨ ਸਕੀਮ ਹੈ ਉਹ ਲਾਗੂ ਨਹੀਂ ਕੀਤੀ ਗਈ। ਫਿਰ ਅਸੀਂ ਇਸ ਤੋਂ ਅੱਗੇ 12 ਤਰੀਕ ਨੂੰ, 12 ਫਰਵਰੀ ਨੂੰ ਮੋਹਾਲੀ ਦੇ ਵਿੱਚ ਇੱਕ ਮਹਾਂ ਰੈਲੀ ਕਰਕੇ ਅਤੇ ਵਿਧਾਨ ਸਭਾ ਵੱਲ ਮਾਰਚ ਕਰਨਾ ਹੈ, ਜੇ ਸਾਡੀਆਂ ਮੰਗਾਂ ਦਾ ਹੱਲ ਲਾ ਕੀਤਾ ਤਾਂ। ਓਮ ਪ੍ਰਕਾਸ਼, ਜਨਰਲ ਸਕੱਤਰ, ਪੰਜਾਬ ਪੈਨਸ਼ਨਰ ਯੂਨੀਅਨ। ਨਿਊਜ਼ ਡੈਸਕ ਤੋਂ ਸ਼ਿਖਾ ਪਾਂਡੇ ਦੇ ਨਾਲ ਸਨੀ ਚੋਪੜਾ, ਵੌਇਸ ਆਫ ਪੰਜਾਬ, ਫਿਰੋਜ਼ਪੁਰ। ਵਧੇਰੇ ਖਬਰਾਂ ਲਈ ਸਾਡੇ ਵੌਇਸ ਆਫ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।